ਅੱਲੈਕੁਮ ਸਤੋ 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 ਇਹਨਸ ਫੈਲ ਮੱਕੀ ਨੇ ਜਦੋਂ ਨਾ ਕਪਾਹ ਦਾ ਬੜਾ ਘਰਾ ਕਰ ਦਿੱਤਾ ਇਹਨੂੰ ਅਜੇ ਸੀ ਕਰ ਰਹੇ ਸਪਰੇਅ ਫੈਲ ਮੱਕੀ ਦੀ ਉਹਦਾ ਦੋ ਵਿੱਚੋਂ ਜਿਹੜੇ ਤਜਰਬਾਕਾਰ ਬੰਦੇ ਆ 200 ਤਾਂ ਕਹਿੰਦੇ ਵੀ ਨਹੀਂ ਕਰਨੀ ਚਾਹੀਦੀ ਲੇਕਿਨ ਜਿਹਦਾ ਕਹਿੰਦੇ ਵੀ ਬੰਦਾ ਰਹਿ ਨਹੀਂ ਹੁੰਦਾ ਲੱਗੇ ਪਏ ਆ ਲਾ ਖੈਰ ਕਰੇ ਤੇ ਚਲੋ ਜਿਗੂ ਚਾਰ ਮਣ ਕਪਾਹ ਬਚ ਬਣ ਗਈ ਤਾਂ ਬਚ ਗਈ ਪਿੱਛੇ ਤਾਂ ਤੇ ਹੁਣ ਤੁਹਾਨੂੰ ਦਿਖਾਉਣੀ ਆ ਸਪਰੇਅ ਨੂੰ ਸੀ ਕਿਹੜੀ ਕਿਹੜੀ ਕਰ ਰਹੇ ਆ ਅਕਬਰ ਅਲੀ ਕੀ ਹਾਲ ਚਾਲ ਆ ਠੀਕ ਆ ਜੀ ਠੀਕ ਠਾਕ ਆ ਚਲੋ ਕਪਾਹਾਂ ਦਾ ਕੀ ਮਸਲੇ ਮਸਾਇਲ ਆ ਕਪਾਹਾਂ ਨੂੰ ਐਦ ਕੀ ਆਏ ਆ ਸਫੈਦ ਮੱਖੀ ਬਹੁਤ ਆ ਗਈ ਹੈ ਸਫੈਦ ਮੱਖੀ ਆ ਗਈ ਬਹੁਤ ਜ਼ਿਆਦਾ ਗਲਾਬੀ ਫੁੱਲੀ ਵੀ ਆ ਗਈ ਜੀ ਗਲਾਬੀ ਸੁੰਡੀ ਵੀ ਆ ਗਈ ਆ ਕਿਹੜੀ ਕਿਹੜੀ ਸਪਰੇਅ ਕਰ ਰਹੇ ਹੁਣ ਇਹਨੂੰ ਸਪਰੇਅ ਕਰ ਰਿਹਾ ਇੱਕ ਯੂਨਿਟ ਤੇ ਇੱਕ ਇੱਕ ਕਰ ਰਹੇ ਜੀ ਯੂਨਿਟ ਪਲਸ ਇਹ ਚ ਜ਼ਹਿਰ ਕਿਹੜਾ ਕਿਹੜਾ ਚੱਕ ਕੇ ਫੜਾਓਰ ਇੱਕ ਵਾਰ ਲਈ ਇਹਦੇ ਵਿੱਚ ਹੈਗਾ ਜੀ ਜ਼ਹਿਰ ਹਾਂਜੀ ਇਹ ਹੈਗਾ ਜੀ ਟਰਾਈ ਐਜ਼ੋ ਫਾਸਟ ਡੈਲਟਾ ਮੈਥਰੀਨ ਇਹ ਗਲਾਬੀ ਵਾਸਤੇ ਕਰ ਰਹੇ ਹਾਂ ਯੂਨਿਟ ਪਲਸ ਸਨ ਕਰਾਓ ਕੰਪਨੀ ਦਾ ਜੀ ਇਹ ਐ ਜੀ ਵੈਪਰੋਫੀਜ਼ਨ ਪਾਊਡਰ ਇਹ ਸਫੈਦ ਮੱਖੀ ਦੀਆਂ ਬੱਚਿਆਂ ਵਾਸਤੇ ਕਰ ਰਹੇ ਹਾਂ ਇਹ ਦੋਸਤ ਪ੍ਰੇਮਰ ਲਾ ਕੇ ਕਰ ਰਹੇ ਆ ਕਬਾਦਾ ਫੀਲਡ ਸਾਡਾ ਮਾਸ਼ਾਅੱਲਾ ਅੱਛਾ ਸੀਗਾ ਜੀ ਤੇ ਇੱਕ ਬਾ ਵੀਜੀ ਤਾਂ ਥੋੜੀ ਜਿਹੀ ਹੈ ਲੇਕਿਨ ਫੀਲਡ ਸੋਹਣਾ ਸੀ ਕਬਾਦਾ ਲੇਕਿਨ ਪਿਛਲੇ ਕੋਈ 8 ਕਿ ਦਿਨਾਂ ਚ ਨਾ ਸਫੈਦ ਮੱਖੀ ਨੇ ਸ਼ਦੀਦ ਅਟੈਕ ਕੀਤਾ ਹੈ ਦੇ ਉੱਤੇ ਕਬਾਦੇ ਉੱਤੇ ਜਿਹਦੀ ਵਜ੍ਹਾ ਤੋਂ ਓਵਰ ਆਲ ਹੀ ਪੂਰੇ ਪਾਕਿਸਤਾਨ 'ਚ ਇਹ ਮਸਲਾ ਬਣਿਆ ਵਾ ਤੇ ਜਿਹਦੀ ਵਜ੍ਹਾ ਤੋਂ ਕਬਾਦਾ ਸਾਡੀ ਖਰਾਬ ਹੋਈ ਹੈ ਅਕਬਰਲੀ ਕਿੰਨੀਆਂ ਟੈਂਕੀਆਂ ਲੋਣਾ ਸਪਰੇਅ ਦੀਆਂ 6 6 ਟੈਂਕੀਆਂ ਲੋਣਾ ਆ ਜਿਹੜੀ ਮਸ਼ੀਨ ਆ ਆਪਣੀ ਚਾਰਜਿੰਗ ਵਾਲੀ ਇਹ ਕਿੰਨੀ ਦੇਰ 'ਚ ਤਕਰੀਬਨ ਅੰਦਾਜ਼ੇ ਨਾਲ ਟੈਂਕੀ ਮਕ ਇਹ ਤਕਰੀਬਨ 25 ਮਿੰਟ ਲਾਦੀ ਹੁੰਦੀ ਹੈ 20 ਮਿੰਟ ਦੀ ਟੈਂਕੀ ਮਗਾ ਦਿੰਦੀ ਆ ਯਾਨੀ ਕਿ 120 ਮਿੰਟ 2 ਘੰਟੇ ਯਾਨੀ ਕਿ ਖੇਤ ਨੂੰ ਸਪਰੇਅ ਹੋ ਜਾਂਦੀ ਇਦਾਂ ਹਾਂਜੀ ਇੰਨਾ ਅਗਲਾ ਦੋ ਘੰਟੇ ਨਹੀਂ ਯਾਰ ਜਲਦੀ ਮਗਾਉਂਦੀ ਹਣੀ 15 ਕਿ ਮਿੰਟਾਂ ਚੱਕਰ ਲਈ ਮਗਾਉਂਦੀ ਹਣੀ ਆ ਹਾਂ ਉਹ 15 ਕਿ ਮਿੰਟ ਮਗਾਉਂਦੀ ਹਣੀ ਮਸੇ ਅੰਡ ਟਾਈਮ ਕਈ ਨੋਟ ਨਹੀਂ ਕੀਤਾ ਫਿਰ 15 ਮਿੰਟ ਲੈਂਦੀ ਹਣੀ ਠੀਕ ਹੈ ਦੋਸਤੋ ਇਸ ਗੱਲ ਨਾਲ ਇਜਾਜ਼ਤ ਚਾਹੁੰਦੇ ਹਾਂ ਬਾਕੀ ਆਪਣੇ ਕਬਾਦ ਫੀਲਡ ਦਾ ਖਿਆਲ ਰੱਖੋ ਸਵੇਰ ਸ਼ਾਮ ਤੱਕਰਸ਼ ਕਰ ਲਾਓ ਸਫੈਦ ਮੱਖੀ ਵਾਲੀ ਸਪਰੇਅ ਕਰੋ ਇਹਨੂੰ ਕੋਸ਼ਿਸ਼ ਕਰਕੇ ਵਾਦਾ ਰੇਟ ਅੱਛਾ ਵਾ ਚਲੋ ਕੋਈ 10-10 ਸਾਮਾਨ ਵੀ ਗਵਾ ਨਿਕਲੇ ਲੱਖ-ਲੱਖ ਰੁਪਏ ਦੀ ਖੇਚ ਗਵਾ ਨਿਕਲਣੀ ਹੈ ਸਪਰੇਅ ਤੇ ਜਿਆਦਾ ਜਿਆਦਾ ਖਰਚਾ ਤਿੰਨ ਤੋਂ 4000 ਰੁਪਏ ਆ ਵਾ ਬਾਕੀ ਅਗਰ ਵੀਡੀਓ ਅੱਛੀ ਲੱਗੇ ਤੈਨੂੰ ਲਾਈਕ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਜੀ ਅੱਛੀ-ਅੱਛੀ ਵੀਡੀਓਜ਼ ਦੇਖਣ ਵਾਸਤੇ ਤੇ ਦੋਵਾਂ ਜੀ ਯਾਦ ਰੱਖਿਓ ਅੱਲਾਹ ਹਾਫਿਜ਼